ਅੱਜ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿੱਚ ਅਗਵਾ ਹੋਈ ਸਿੱਖ ਲੜਕੀ ਦੇ ਮਾਮਲੇ ਉੱਤੇ ਗੱਲ ਕੀਤੀ। ਬੜੀ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਪਾਕਿਸਤਾਨ ਸਰਕਾਰ ਨੇ ਆਹ ਅਲਾਓ ਕੀਤਾ, ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ। ਉੱਥੇ ਪਾਕਿਸਤਾਨ ਵਿੱਚ ਮਨੋਰਟੀਜ਼ ਨੂੰ ਦੀ ਸੇਫਟੀ ਦੀ ਬੜੀ ਵੱਡੀ ਇਸ਼ੂ ਬਣ ਗਈ ਹੈ। ਉਹ ਮਨੋਰਟੀ ਸੇਫ ਨਹੀਂ ਫੀਲ ਕਰੇ, ਖਾਸ ਕਰਕੇ ਸਿੱਖ ਭੈਣ ਭਰਾ, ਕਿਉਂਕਿ ਉਹਨਾਂ ਨਾਲ ਪਹਿਲੇ ਵੀ ਕਈ ਕਤਲ ਉਹਨਾਂ ਦੇ ਹੋ ਗਏ ਹੈ। ਹੁਣ ਜੇ ਫੋਰਸਫੁਲੀ ਲੜਕੀਆਂ ਨੂੰ ਕਿਡਨੈਪ ਕਰਕੇ ਕਨਵਰਜ ਕਰਨ, ਇਹ ਤੋਂ ਮਾੜੀ ਗੱਲ ਕੀ ਹੋ ਸਕਦੀ। ਇਸ ਤੋਂ ਇਲਾਵਾ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਾਧਿਆ। ਯਾਰ, ਬੜੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ, ਇੰਨੀ ਸੀਰੀਅਸ ਇਸ਼ੂ ਹੈ, ਇੰਪੋਰਟੈਂਸ ਹੀ ਨਹੀਂ ਦੇ ਰਹੇ। ਸਰਕਾਰ ਨੂੰ ਕੋਈ ਫਿਕਰ ਹੀ ਨਹੀਂ। ਆਹ ਤਾਂ ਜ਼ਿੰਮੇਵਾਰੀ ਉਹਨਾਂ ਦੇ ਹਰ MLA ਦੀ, ਹਰ ਮਿਨਿਸਟਰ ਦੀ, ਪੂਰੀ ਸਰਕਾਰ 24 ਘੰਟੇ ਉੱਤੇ ਬਹਿਣੀ ਚਾਹੀਦੀ ਹੈ। ਪਰ ਜਿਹੜਾ ਮੁੱਖ ਮੰਤਰੀ ਹੈ, ਘਰੋਂ ਨਿਕਲਦੇ ਨਹੀਂ। ਮੈਂ ਤਾਂ ਉਹਨੂੰ ਬੇਨਤੀ ਕਰਨਾ ਚਾਹੁੰਦਾ, ਜੇ ਜ਼ਿੰਮੇਵਾਰੀ ਪੰਜਾਬ ਦੀ ਜਨਤਾ ਨੇ ਦਿੱਤੀ ਹੈ, ਨਿਭਾਉਣੀ ਚਾਹੀਦੀ ਉਹਨਾਂ ਨੂੰ। ਕੇਂਦਰ ਤੋਂ ਡਿਮਾਂਡ ਕਰ ਰਹੇ, ਪਹਿਲੇ ਜਿਹੜਾ 600 ਕਰੋੜ ਪੰਜਾਬ ਨੇ ਸਰਕਾਰ ਨੂੰ ਦਿੱਤਾ ਕੇਂਦਰ ਨੇ ਇਸ ਕੰਮ ਵਾਸਤੇ, ਘੱਟ ਤੋਂ ਘੱਟ ਉਹ ਤਾਂ ਖਰਚੋ। ਕੀ ਤੁਹਾਡੇ ਕੋਲ ਕਿਤੇ ਹੋਰ ਵਰਤ ਲਿਆ ਉਹਨਾਂ ਨੇ? ਕੋਈ ਪੈਸਾ ਹੈ ਨਹੀਂ, ਜਾਂ ਤਾਂ ਕਹਿ ਦੇਣ ਸਾਡੇ ਕੋਲ ਵਰਤ ਲਿਆ ਸੀ ਹੋਰ ਕਿਤੇ। ਕੁਦਰਤੀ ਆਫਤ ਤਾਂ ਹੈਗੀ ਆ ਹੜ੍ਹਾਂ ਦੌਰਾਨ, ਜਿਹੜੇ ਹੜ੍ਹ ਪ੍ਰਸ਼ਾਸਨ ਬੋਰਡ ਮੈਨੇਜਮੈਂਟ ਜਿਹੜੀ ਹੈਗੀ ਆ, ਉਹ ਵੀ ਕਿਤੇ ਨਾ ਕਿਤੇ ਅਣਗਹਿਲੀ ਲੱਗਦੀ ਤੁਹਾਨੂੰ, ਵੀ ਉਹਨਾਂ ਨੇ ਪਹਿਲਾਂ ਹੀ ਜਿਹੜੇ ਇਹਦੇ ਬਾਰੇ ਕੁਝ ਇਹਦੇ 'ਚ ਕੀ ਹੁੰਦਾ, ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਹਰ ਸਾਲ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਹ 3 ਮਹੀਨੇ ਪਹਿਲੇ ਇਰੀਗੇਸ਼ਨ ਡਿਪਾਰਟਮੈਂਟ ਦੀ ਮੀਟਿੰਗ ਰੱਖਦੇ, ਦੇਖਦੇ ਸੀ ਕਿੱਥੇ ਬੰਧ ਕਮਜ਼ੋਰ ਹੈ, ਕਿੱਥੇ ਠੀਕ ਕਰਨ ਵਾਲੇ ਆ, ਕਿੱਥੇ ਬੰਧ ਬਣਾਉਣ ਵਾਲੇ ਆ, ਕਿੱਥੇ ਪਲੈਨਿੰਗ ਹੋਣੀ ਚਾਹੀਦੀ ਹੈ। ਹੁਣ ਪ੍ਰੋਬਲਮ ਕੀ ਹੈ, ਇਲੀਗਲ ਮਾਈਨਿੰਗ ਨੇ ਬਹੁਤ ਵੱਡਾ ਰੋਲ ਪਲੇਅ ਕੀਤਾ ਇਸ ਹੜ੍ਹਾਂ 'ਚ। ਆਹ ਬੰਧ ਟੁੱਟੇ ਇਲੀਗਲ ਮਾਈਨਿੰਗ ਕਰਕੇ, ਜਿਹੜੀ ਕਾਂਗਰਸ ਨੇ ਖੁੱਲ੍ਹ ਸ਼ਰੇ ਇੰਪਰੂਵ ਕੀਤੀ ਹੈ। ਥੈਂਕ ਯੂ। ਉਹ ਰੇਤ ਬਦਲੀ, ਕਿਉਂਕਿ ਗੁੰਡਾ ਟੈਕਸ ਕਾਂਗਰਸ ਨੇ ਲਾਇਆ ਕਰਤਾਰਪੁਰ ਕੋਰੀਡੋਰ 'ਤੇ, ਜਿਹੜਾ ਸਮਾਨ ਆਉਂਦਾ ਇਹਨਾਂ ਨੇ ਰੇਤੇ ਬਜਰੀ 'ਤੇ ਗੁੰਡਾ ਟੈਕਸ ਲਾਤਾ ਆਪਣਾ, ਕਾਂਗਰਸੀ ਗੁੰਡਾ ਟੈਕਸ। ਉਹਦੇ ਕਰਕੇ ਕੰਟਰੈਕਟਰਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ।